ट्रेन इधरों रेलवे स्टेशन वाली साइड तो आती सी क्योंकि यदा मूँह इधर हुंदा सीगा इहदे उपर खड़ा कर देंदे सी। दूसरी साइड तो हैंडल दिता हुआ वो हैंडल नू ए वाला हैंडल है इस नू तीन चार जने लग के या दो लग के ए घुमांदे सीगे। ए हुण तक क्योंकि जाम हो चुका कूड़ा वगैरह सुट्टन दे कारण ए इधर हैंडल आ जांदा सी इत्थों पकड़ के वह पटड़ी के उपर लोग ਜਿਹੜੇ ਇਹਦੇ ਮੁਲਾਜ਼ਮ ਸੀਗੇ ਉਹ ਇਸ ਤਰ੍ਹਾਂ ਤੱਕ ਕੇ ਦੂਸਰੀ ਸਾਈਡ ਤੇ ਇਸ ਨੂੰ ਲੈ ਜਾਂਦੇ ਸੀ। ਚਿਹਰਾ ਬਦਲ ਪੂਰਾ ਹੀ ਘੁੰਮ ਜਾਂਦਾ ਸੀ, ਪੂਰਾ ਹੀ ਘੁੰਮ ਜਾਂਦਾ ਸੀਗਾ। ਇਹ ਜਿਹੜਾ ਇਹ ਤਾਂ ਤਕਰੀਬਨ 60 ਦੇ ਦਸ਼ਕ 'ਚ ਬਣਿਆ ਸੀਗਾ, ਪਰ ਇਸ ਤੋਂ ਪਹਿਲਾਂ ਇੱਕ ਹੋਰ ਸੀਗਾ ਇੱਥੇ ਨਾਲ ਹੀ ਇਹਦੇ ਦੂਸਰੀ ਸਾਈਡ 'ਤੇ। ਐਕਚੁਅਲੀ ਇਸ ਨੂੰ ਕਹਿੰਦੇ ਤਾਂ ਰੇਲਵੇ ਚੱਕਰ ਹੈ, ਅਤੇ ਜੇ ਆਪਾਂ ਰੇਲਵੇ ਵਿਭਾਗ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਇਸ ਨੂੰ ਟਰਨ ਟੇਬਲ ਕਹਿੰਦੇ ਆ। 80 ਅਤੇ 90 ਦੇ ਵਿਚਕਾਰ ਤਕਰੀਬਨ ਚੱਲਦੇ ਸੀਗੇ ਪਹਿਲੇ, ਇਹ ਬਾਫ ਇੰਜਨ ਜਾਂ ਕੋਲੇ 'ਤੇ ਟ੍ਰੇਨ ਚੱਲਦੀ ਹੁੰਦੀ ਸੀ। ਉਸ ਤੋਂ ਬਾਅਦ ਡੀਜ਼ਲ ਇੰਜਨ ਆ ਗਈ, ਡੀਜ਼ਲ ਇੰਜਨ ਸਿੱਧਾ ਹੀ ਜਾ ਸਕਦਾ ਅਤੇ ਪਿੱਛੇ ਵੀ ਬੈਕ ਵੀ ਉਹਦੇ ਗਏ, ਉਹ ਬੈਕ ਵੀ ਜਾ ਸਕਦਾ। ਇਹ ਕਿਉਂਕਿ ਅੱਗੇ ਤੱਕ ਇੱਥੋਂ ਤੱਕ ਅੱਗੇ ਲਾਈਨਾਂ ਵੀ ਸੀਗੀਆਂ, ਉੱਥੋਂ ਤੱਕ ਲੈ ਕੇ ਅਤੇ ਫਿਰ ਵਾਪਸ ਵੀ ਜਾਂਦਾ ਸੀਗਾ, ਇਹਦੇ ਉੱਪਰ ਚੱਲ ਜਾਂਦਾ ਸੀ। ਸਟੇਸ਼ਨ ਤਾਂ ਬਣਿਆ 1897 ਦੇ ਵਿੱਚ ਇੱਥੇ ਜਦੋਂ ਪਹਿਲੀ ਟ੍ਰੇਨ ਚੱਲੀ ਹੈ, ਪਰ ਸਮਾਨ ਉਸ ਤੋਂ ਪਹਿਲੇ ਆਇਆ ਸੀਗਾ। ਸਟੈਂਪ ਵੀ ਪਈ ਹੈ ਜਿਹੜੀ ਇੰਗਲੈਂਡ ਦੀ ਬਣੀ ਹੋਈ ਹੈ, ਅਜੇ ਤੱਕ ਮੌਜੂਦ ਪਿਆ ਸਮਾਨ ਉਹਦਾ। ਇਹ ਸਮਾਨ ਪਹਿਲੇ ਆ ਕੇ ਇਹਨਾਂ ਨੇ ਪੂਰਾ ਫਿਕਸ ਕਰ ਲਿਆ ਸੀ, ਫਿੱਟ ਕਰ ਲਿਆ ਸੀ ਇੱਥੇ। ਇਹ ਨਾਲ ਹੀ ਹੈਗਾ ਸੀ ਬਣਿਆ ਹੋਇਆ ਜਿਹੜਾ ਪਹਿਲੇ ਵਾਲਾ, ਇਹ ਤਾਂ ਬਾਅਦ ਵਿੱਚ ਬਣਾਇਆ ਗਿਆ ਕਿਉਂਕਿ ਟ੍ਰੇਨ ਦਾ ਉਹ ਬਦਲਦੀ ਰਹੀ ਹੈ ਟ੍ਰੇਨ ਤਾਂ ਉਹ ਜਾਂ ਪੁਰਾਣਾ ਹੋਣ ਕਰਕੇ ਤਾਂ ਇਹ ਦੁਬਾਰਾ ਫਿਰ ਇੱਥੇ ਬਣਾਇਆ ਗਿਆ। ਇਹ ਤੁਹਾਨੂੰ ਦੇ ਦਿੱਤਾ ਜਾਵੇ, ਤੁਸੀਂ ਸੰਭਾਲ ਕਰ ਲਓਗੇ ਸਰਕਾਰ ਜੇ ਕਵੇ ਤਾਂ? ਹਾਂਜੀ ਹਾਂਜੀ ਬਿਲਕੁਲ, ਸਰਕਾਰ ਨੂੰ ਚਾਹੀਦਾ ਕਿ ਹੈਰੀਟੇਜ ਬਣ ਸਕਦਾ ਫਾਜ਼ਿਲਕਾ ਦੇ ਵਿੱਚ, ਇੱਕੋ ਇੱਕ ਚੀਜ਼ ਹੈ ਇਹ, ਇਹ ਚੀਜ਼ ਬੜੀ ਵਧੀਆ ਬਣ ਸਕਦੀ ਹੈ। ਇਸ ਨੂੰ ਸੋਹਣੇ ਤਰੀਕੇ ਦੇ ਨਾਲ ਇਹ ਜਿਹੜਾ ਕੂੜਾ ਇੱਥੇ ਸੁੱਟਦੇ ਆ, ਕੂੜਾ ਨਾ ਸੁੱਟਿਆ ਜਾਵੇ ਅਤੇ ਇਹਦੀ ਸੰਭਾਲ ਕੀਤੀ ਜਾਵੇ। ਲੋਕ ਆਉਣਗੇ ਇੱਥੇ, ਪ੍ਰੈਟਕ ਆਉਣਗੇ ਦੇਖਣ ਵਾਸਤੇ ਵੀ ਕਿੱਦਾਂ, ਅੱਜ ਕੱਲ੍ਹ ਦੇ ਪਨੀਰੀ ਨੂੰ ਤਾਂ ਇਹ ਪਤਾ ਹੀ ਨਹੀਂ ਹੈ। ਮੈਂ ਫਾਜ਼ਿਲਕਾ 'ਤੇ ਇੱਕ ਹਿਸਟਰੀ ਦੀ ਬੁੱਕ ਲਿਖੀ ਆ, ਫਾਜ਼ਿਲਕਾ ਇੱਕ ਮਾਂ ਗਾਥਾ, ਉਹਦੇ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਇਹ ਕਿਸ ਤਰ੍ਹਾਂ ਘੁੰਮਦਾ ਸੀਗਾ ਜਾਂ ਕਦੋਂ ਬਣਾਇਆ ਗਿਆ। ਉਸ ਦੇ ਵਿੱਚ ਪੂਰਾ ਇਸ ਦਾ ਵੇਰਵਾ ਦਿੱਤਾ ਗਿਆ ਕਿ ਲੋਕ ਦੇਖਦੇ ਆ ਤਾਂ ਬੜੇ ਖੁਸ਼ ਵੀ ਹੁੰਦੇ, ਕਈ ਵਾਰੀ ਮੈਨੂੰ ਕਾਲ ਵੀ ਕਰਦੇ ਆ, ਯਾਰ ਅਸੀਂ ਉਹ ਚੀਜ਼ ਦੇਖਣੀ ਆ, ਉਹਦੀ ਪਿੱਕ ਪਾ ਦਿਓ ਫੇਸਬੁੱਕ ਜਾਂ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਤਾਂ ਉਹਦੇ ਵਿੱਚ ਪਾਉਂਦੇ ਆ ਤਾਂ ਲੋਕ ਕਾਫੀ ਪਸੰਦ ਵੀ ਕਰਦੇ ਆ, ਆਪਣੇ ਬਚਪਨ ਦੀ ਯਾਦਾਂ ਨੂੰ ਤਾਜ਼ਾ ਕਰਦੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਸਭ ਮੌਜੂਦ ਹਾਂ ਫਾਜ਼ਿਲਕਾ। ਫਾਜ਼ਿਲਕਾ ਪਹਿਲਾਂ, ਅੱਜ ਤੋਂ 1947 ਤੋਂ ਪਹਿਲਾਂ ਬਹੁਤ ਹੀ ਮੰਨਿਆ ਪ੍ਰਮੰਨਿਆ ਸ਼ਹਿਰ ਮੰਨਿਆ ਜਾਂਦਾ ਸੀ। ਅੱਜ ਤਾਂ ਦੋ ਦੇਸ਼ਾਂ ਦੀ ਵੰਡ ਹੋ ਗਈ, ਜਿਸ ਕਰਕੇ ਹੁਣ ਪਛੜਿਆ ਇਲਾਕਾ ਫਾਜ਼ਿਲਕਾ ਨੂੰ ਕਿਹਾ ਜਾ ਸਕਦਾ। ਕਿਹਾ ਇਹ ਵੀ ਜਾਂਦਾ ਕਿ ਸਾਰਿਆਂ ਨਾਲੋਂ ਜ਼ਿਆਦਾ ਟੀਚਰ ਪੰਜਾਬ 'ਚ ਫਾਜ਼ਿਲਕਾ ਸ਼ਹਿਰ ਨਹੀਂ ਦਿੱਤੇ ਨੇ, ਫਾਜ਼ਿਲਕਾ ਡਿਸਟ੍ਰਿਕਟ ਨਹੀਂ ਦਿੱਤੇ ਨੇ। ਹੁਣ ਜਿੱਥੇ ਅਸੀਂ ਮੌਜੂਦ ਹਾਂ ਇਸ ਜਗ੍ਹਾ ਦੇ ਉੱਤੇ, ਇੰਜਣ ਨੂੰ ਘੁਮਾ ਕੇ ਦੂਸਰੇ ਪਾਸੇ ਉਸਦਾ ਮੂੰਹ ਕੀਤਾ ਜਾਂਦਾ ਸੀ। ਹੁਣ ਆਪਾਂ ਦੇਖਦੇ ਹਾਂ ਕਿ ਰੇਲਵੇ ਟਰੈਕ ਦੇ ਉੱਤੇ ਇੰਜਣ ਜੇ ਸਿੱਧਾ ਜਾ ਰਿਹਾ, ਉਸਨੂੰ ਵਾਪਸ ਉਸੇ ਟਰੈਕ 'ਤੇ ਵੀ ਲਿਜਾਇਆ ਜਾ ਸਕਦਾ, ਪਰ ਇਸ ਤੋਂ ਪਹਿਲਾਂ ਜਿਹੜੇ ਇੰਜਣ ਸਿੱਧਾ ਜਾਂਦੇ ਸੀ ਵਾਪਸ ਉਹਨੂੰ ਉਸੇ ਟਰੈਕ ਤੋਂ ਨਹੀਂ ਲਿਆ ਜਾਂਦਾ, ਯਾਨੀ ਕਿ ਉਸਦਾ ਬੈਕ ਗੇਅਰ ਨਹੀਂ ਹੁੰਦਾ ਸੀ। ਉਸ ਤੋਂ ਬਾਅਦ ਜੇ ਅੱਗੇ ਟਰੈਕ ਬੰਦ ਹੁੰਦਾ ਸੀ ਫਿਰ ਇੰਜਣ ਵਾਪਸ ਕਿਵੇਂ ਆਉਂਦੇ ਸੀ? ਉਸ ਲਈ ਤੁਸੀਂ ਇਹ ਗੋਲ ਚੱਕਰ ਦੇਖਦੇ ਹੋ ਤਾਂ ਇਸ ਵਿੱਚ ਘਾਹ ਵਗੈਰਾ ਉੱਗ ਗਈ ਹੈ, ਪਰ ਜਦੋਂ ਗੋਲ ਚੱਕਰ ਹੁੰਦਾ ਸੀ ਇੰਜਣ ਨੂੰ ਇੱਥੇ ਰੱਖ ਕੇ ਸਭ ਮੂੰਹ ਘੁਮਾਇਆ ਜਾਂਦਾ ਸੀ ਤਾਂ ਦੂਸਰੇ ਪਾਸੇ ਇੰਜਣ ਟਰੈਕ ਵਾਲੇ ਪਾਸੇ ਚਲਾ ਜਾਂਦਾ ਸੀ। ਅਤੇ ਸਾਡੇ ਨਾਲ ਮੌਜੂਦ ਨੇ ਲਕਸ਼ਮਣ, ਜੋ ਸਮੇਂ ਦੇ ਸਾਨੂੰ ਇਤਿਹਾਸ ਦੀ ਜਾਣਕਾਰੀ ਦਿੰਦੇ ਆਉਂਦੇ ਨੇ। ਤਾਂ ਆਪਾਂ ਇਹਨਾਂ ਕੋਲ ਜਾਣਾਂਗੇ ਬਾਕੀ ਸਾਰੀ ਗੱਲਬਾਤ ਵੀ, ਕਿਵੇਂ ਘੁੰਮਦਾ ਸੀ, ਕਦੋਂ ਇਹ ਬੰਦ ਹੋਇਆ, ਔਰ ਇਸ ਤੋਂ ਪਹਿਲਾਂ ਕਦੋਂ ਇਹ ਆਖਰੀ ਰੇਲ ਇੱਥੇ ਚੱਲੀ ਭਾਫ ਵਾਲੇ ਇੰਜਨ ਦੀ। ਉਸ ਤੋਂ ਬਾਅਦ ਫਿਰ ਡੀਜ਼ਲ ਵਾਲੇ ਇੰਜਨ ਆ ਜਾਂਦੇ ਨੇ, ਹੁਣ ਤਾਂ ਦੋ ਪਾਸੇ ਡੀਜ਼ਲ ਵਾਲੇ ਇੰਜਨ ਚੱਲਦੇ ਨੇ, ਪਰ ਉਸ ਸਮੇਂ ਇੱਕ ਪਾਸੇ ਹੀ ਚੱਲਦਾ ਸੀ ਇੰਜਨ। ਲਕਸ਼ਮਣ ਸਾਡੇ ਨਾਲ ਨੇ, ਲਕਸ਼ਮਣ ਬਹੁਤ ਸਵਾਗਤ ਤੁਹਾਡਾ ਪੰਜਾਬ ਨਿਊਜ਼। ਧੰਨਵਾਦ ਜੀ, ਸ਼ੁਕਰੀਆ। ਸਮੇਂ ਸਮੇਂ ਤੁਸੀਂ ਗੱਲਬਾਤ ਰੱਖਦੇ ਹੋ ਇਤਿਹਾਸ ਪੱਖੋਂ ਜਾਂ ਹਰ ਚੀਜ਼ ਪੱਖੋਂ, ਪਰ ਜੋ ਇਸ ਚੀਜ਼ ਦੀ ਗੱਲ ਕਰਦੇ ਹਾਂ ਟਰੈਕ ਦੀ, ਸ਼ਾਇਦ ਜੋ ਨਵੀਂ ਪਨੀਰੀ ਹੈ ਉਹ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਸਿੱਧਾ ਇੰਜਨ ਜਾਣ ਵਾਲੇ ਹੁੰਦੇ ਸੀ, ਉਸਦਾ ਬੈਕ ਗੇਅਰ ਨਹੀਂ ਹੁੰਦਾ ਸੀ, ਘੁਮਾਏ ਜਾਂਦੇ ਸੀ। ਇਹ ਕਿੰਨੇ ਸਾਲ ਪੁਰਾਣਾ ਬਣਿਆ ਹੋਇਆ? ਇਹ ਜਿਹੜਾ ਇਹ ਤਾਂ ਤਕਰੀਬਨ 60 ਦੇ ਦਸ਼ਕ 'ਚ ਬਣਿਆ ਸੀਗਾ, ਪਰ ਇਸ ਤੋਂ ਪਹਿਲਾਂ ਇੱਕ ਹੋਰ ਸੀਗਾ ਇੱਥੇ ਨਾਲ ਹੀ ਇਹਦੇ ਦੂਸਰੀ ਸਾਈਡ 'ਤੇ। ਐਕਚੁਅਲੀ ਇਸ ਨੂੰ ਕਹਿੰਦੇ ਤਾਂ ਰੇਲਵੇ ਚੱਕਰ ਹੈ, ਅਤੇ ਜੇ ਆਪਾਂ ਰੇਲਵੇ ਵਿਭਾਗ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਇਸ ਨੂੰ ਟਰਨ ਟੇਬਲ ਕਹਿੰਦੇ ਆ, ਆਮ ਤੌਰ 'ਤੇ ਗੁੰਮ ਚੱਕਰ ਵੀ ਕਹਿ ਦਿੰਦੇ ਆ। ਇਸ ਤੋਂ ਪਹਿਲਾਂ ਜਿਹੜਾ ਬਣਿਆ ਹੋਇਆ ਸੀ ਉਹ 1882 ਦੇ ਵਿੱਚ, ਅਜੇ ਤੱਕ ਉਹ ਇੰਗਲੈਂਡ ਤੋਂ ਜਿਹੜਾ ਸਮਾਨ ਮੰਗਵਾਇਆ ਗਿਆ ਸੀ ਉਹਦੀ ਸਟੈਂਪ ਵੀ ਉੱਥੇ ਮੌਜੂਦ ਪਈ ਹੈ। ਉਹਦਾ ਸਮਾਨ ਵੀ ਜਿਹੜਾ ਪੁਰਾਣਾ ਹੈਗਾ ਬਣਿਆ ਹੋਇਆ, ਉਸ ਪੁਰਾਣਾ ਸਮਾਨ ਵੀ ਅਜੇ ਤੱਕ ਪਿਆ। ਉਹ ਚੱਲੀ ਤਾਂ ਟ੍ਰੇਨ ਇੱਥੋਂ 1897 'ਚ ਹੈ,
पर समान पहले उन्होंने ये रेडी कर लिया सी गोल चक्कर वगैरह ये बनाया इस करके गया सीगा कि जिहड़ी रेल सी पहले कोले दे नाल जां भाफ दे नाल चलदी सीगी और छोटी ट्रेन हुंदी सी अज कल तां डीजल दे नाल चलन लग गईआं 90 दे दशक तों बाद पर उस तों पहले जिहड़ी ये चलदी सी कोले दे नाल जां भाफ दे नाल चलदी हुंदी सी ट्रेन इधरों रेलवे स्टेशन वाली साइड तों आउंदी सी क्योंकि इहदा मूँह इधर नूं हुंदा सीगा इहदे उपर खड़ा कर दिंदे सी दूसरी साइड तों हैंडल दित्ता होइआ उह हैंडल नूं इह वाला हैंडल है इस नूं तीन चार जने लग के या दो लग के ऐं घुमांदे सीगे एक घूमता होया दूसरी साइड से इधर फेस है तो दूसरी साइड से यदा फेस हो जाता सीगा उस साइड से यानी मूँह जरा जिधर आई है ट्रेन उधर फिर घूम जाती सी अजकल तो बैक गेयर है ना पहले बैक गेयर नहीं होंगे सी इस करके ये जो डीजल इंजन आ गया तो यह तकरीबन बंद होकर रह गया चलो ये घूमता किमें सी यदा हूँ तो दिखाई भी नहीं दिता मैं कैमरामैन कहूँगा भी ये चक्कर टायर दिखा देना लोहे का चक्कर कह सकते ये उपर जाता सी ए टायर है जी यदा तो इतों पकड़ते होंगे सके ये हैंडल है दूसरी साइड पर खड़ जाते दो जने इस बड़े आराम नाल घुमाया जा सकता सीगा ये हुण तक क्योंकि जाम हो चुक है कूड़ा वगैरह सुट्टन के कारण ये इधर हैंडल आ जाता सी इतों पकड़ के वह पटड़ी के उपर लोग जिहड़े इहदे मुलाजम सीगे वह इस तरह तक के दूसरी साइड पर इसनों लै जाते चेहरा पूरा ही घूम जाता सी पूरा ही घूम जाता सीगा ये देखा असी अखी देखा उस तो पहले भी जिहड़ा हुंदा सीगा वह तो पार्टीशन तो पहले बनाया गया सी वो अजे तक भी उन्हों का समान सारा ही तकरीबन मौजूद पिया पर हैगा बेकार है जे सरकार कुछ करन ते इसनों हैरीटेज भी बनाया जा सकता अच्छा उन्हें गल की लास्ट समय कदों देखा भी इंज भाफ वाला इंजन चलिया कोयला इंजन चलिया इतने 80 के दशक च जिथे तक मैनू समझ आ भी उतो 80 के दशक च तो असी इतने क्योंकि पढ़ते सके तो उस वेले देखते होंगे बचपन सेगा बचपन सानू शौक भी बड़ा सीगा उपर चढ़ के झूठे भी लेंदे होंगे सके जो घूमता हों बड़े इतने नाल ही स्कूल है प्राइमरी स्कूल है इतों छुट्टी वेले असी आ जाते सके तो जो भी ट्रेन का टाइम हों देखते रहेंगे सके ये उपर चढ़ के असं घूमते झूठे लेंगे अच्छा मैं कहूँगा भी पिछले तक जो जाने की कोशिश कर जाया जा सकता पिछले भी मैं कैमरामैन को कहूँगा भी इस पासों दिखा देना हूँ तो काफ़ी अगर झाड़ियाँ वगैरह आ गई ने कोई अंदाजा हो कदों इंजन ला आखिरी समय इतने चलिया होगा भाफ वाला कोई सन पता हो 80 ते 90 के विचकार तकरीबन चलते सके पहले यह भाफ इंजन ज कोले ते ट्रेन चलती होंगी सी उस तो बाद डीजल इंजन आ गए डीजल इंजन सीधा ही जा सकता है तो पिछे भी बैक भी वो गेयर वो बैक भी जा सकता है यह क्योंकि अगे तक इतों तक अगर लाइन भी सगिया उतों तक लैके तो फिर वापस भी आता सर चल जाता सू घुमा देंगे इनू घुमा देंगे यह चेहरा दूसरी साइड पर हो जाता सी पसेंजर या मुसाफिर होंगे से उन्होंने लैके ट्रेन वापस चली जाती जो हम तो लाइन आप चौड़ियाँ देखते हैं कि वह भाफ तो डी वो इंजन की दूसरे वाले की कोयले इंजन की घट हों उन्हों का फासला घट सगा मीटर गेज अजक ब्रॉड गेज ने व्डिया लाइन ने वह फासला तकरीबन 3 to 4 feet तक हैगा सी वो जोड़े टायर से उन्होंने या ट्रेन छोटी ट्रेन आम तौर पर कह देंगे वह फासला घट हों छोटी ट्रेन होंगी सी अजक वीड्डी ट्रेन है क्योंकि माल गड्डिया आदि ने तो सवारी भी काफ़ी ज़्यादा होगी उस वेले तो लोग घट ही यूज़ करते सके तो हूँ ट्रेन वीड्डी हो गई इस करके इस चीज़ की लड़ ही नहीं पैंती या उन्होंने बैक गेयर आ गया डीजल इंजन का वापस चली जाती है इस चीज़ की लड़ नहीं पैंती जिस करके बंद कर दिया गया कदों शुरुआत हुई सी रेलवे स्टेशन की कदों बनिया फाजिलका का फाजिलका का रेलवे स्टेशन तो बनया 1897 के इतों जो पहली ट्रेन चली है पर समान उस तो पहले आया सीगा स्टैंप भी पई है जी इंग्लैंड की बनी हुई है अजे तक मौजूद पिया समान वह समान पहले आके इन्होंने पूरा फिक्स कर लिया फिट कर लिया इतने नाल ही हैगा सी बनया हुआ जो पहले वाला ये तो बाद बनाया गया क्योंकि ट्रेन का वो बदलती रही है ट्रेन तो वो जा पुराना होने करके तो ये दोबारा फिर इतने बनाया गया सी हुण जिवें तुसीं मैं मैनूं याद है पिछली बार मिले सी तुसीं कहिंदे पए सी कि जे ये तुहानूं दे दित्ता जावे तुसीं संभाल कर लोगे सरकार जे कहे तां हाँ जी हाँ जी बिल्कुल सरकार नूं चाहिए कि हैरीटेज बन सकता फाजिलका दे विच इक्को इक चीज़ है यह चीज़ बड़ी वधिया बन सकती है इस नूं सोहणे तरीके दे नाल इह जिहड़ा कूड़ा इत्थे सुट्टदे आ कूड़ा ना सुट्टिया जाए तो इहदी संभाल की जाए लोग आणगे इत्थे पर्यटक आणगे देखण वास्ते वी किद्दां अजकल दी पनीरी नूं तां इह पता ही नहीं है उन्होंने देखा ही नहीं गा भी इह घूम चक्कर या रेल टर्न टेबल हैगा इतने उन्होंने दसद तो उन्होंने पता लगता जे ये संभाल की जाए इस हैरीटेज घोषित किया जाए इसकी संभाल की जाए तो अज भी लोग इस देखने वास्ते काफ़ी मात्रा के काफ़ी संख्या के आ सकते हैं अच्छा हम जिमें चलो हम तो इतने रेलवे स्टेशन वाले पास कहने माल गड्डिया लगिया हुई ने होर भी कोई शहर में लोग वासी कोई देखने लिए इतने आता है या बाकी नवी पनीरी देखने की कोशिश करती भी एक चीज़ की है बड़े लोग आते जी देखने वास्ते बाहरों आते हैं ना जिहड़े
ਉਹ ਇੱਕ ਵਾਰੀ ਖਾਸ ਤੌਰ ਤੇ ਉਹ ਲੋਕ ਤਾਂ ਜ਼ਰੂਰ ਆਉਂਦੇ ਆ ਜਿਹੜੇ ਬਾਹਰ ਵਸ ਗਏ, ਪਰ ਜਨਮ ਉਹਨਾਂ ਦਾ ਇੱਥੋਂ ਦਾ। ਉਹ ਦੇਖਣ ਵਾਸਤੇ, ਕਿਉਂਕਿ ਆਪਣੇ ਬਚਪਨ ਦੇ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਇੱਥੇ ਆ ਜਾਂਦੇ ਆ। ਦੇਖਦੇ ਆ, ਬੜਾ ਵਧੀਆ ਉਹਨਾਂ ਨੂੰ ਲੱਗਦਾ ਇਹ, ਕਿਉਂਕਿ ਬਚਪਨ ਦੇ ਵਿੱਚ ਉਹਨਾਂ ਨੇ ਇਸ 'ਤੇ ਝੂਟੇ ਵੀ ਲਏ ਹੋਏ ਆ, ਇਹਨਾਂ ਨੇ ਦੇਖਿਆ, ਅੱਖੀ ਦੇਖਿਆ। ਤਾਂ ਕਲੀਅਰ ਹੈ ਵੀ ਜਿਨ੍ਹਾਂ ਨੇ ਬਚਪਨ ਕਦੇ ਭੁੱਲਦਾ ਨਹੀਂ ਹੁੰਦਾ, ਉਹ ਬਚਪਨ ਦੀਆਂ ਯਾਦਾਂ ਨੂੰ ਇੱਥੇ ਤਾਜ਼ਾ ਕਰਨ ਵਾਸਤੇ ਲੋਕ ਆਉਂਦੇ ਆ, ਅੱਜ ਵੀ ਆਉਂਦੇ ਆ। ਪ੍ਰੈਕਟਿਕ ਵੀ ਆਉਂਦੇ ਆ, ਤਾਂ ਉਹ ਰੇਲਵੇ ਸਟੇਸ਼ਨ ਤੋਂ ਇੱਥੇ ਕਈ ਵਾਰ ਹੋ ਕੇ ਜਾਂਦੇ, ਦੇਖਦੇ ਆ, ਪਰ ਅੱਗੋਂ ਕੂੜਾ ਹੋਣ ਕਰਕੇ ਥੋੜ੍ਹਾ ਜਿਹਾ ਫਰਕ ਤਾਂ ਪੈਂਦਾ ਹੀ ਹੈ। ਹੁਣ ਇਹ ਲਾਈਨ ਕਿਹੜੇ ਪਾਸੇ ਪਾਕਿਸਤਾਨ ਨੂੰ ਜਾਂਦੀ ਸੀ ਹੋਲੀ ਸੰਧਰ? ਇਹ ਪਾਕਿਸਤਾਨ ਉਸ ਵੇਲੇ ਨਹੀਂ ਜਾਂਦੀ ਸੀਗੀ, ਕਿਉਂਕਿ ਰੇਲ ਗੱਡੀ ਇਹ ਛੋਟੀ ਸੀਗੀ, ਉਹ ਨਾਲ ਦੂਸਰੀ ਜਿਹੜੀ ਰੇਲ ਸੀਗੀ ਉਹ ਸਿੱਧਾ ਪਾਕਿਸਤਾਨ ਵੱਲ ਜਾਂਦੀ ਸੀਗੀ। ਹੁਣ ਤਾਂ ਬੰਦ ਕਰ ਦਿੱਤੀ ਗਈ, ਪਾਕਿਸਤਾਨ ਜਾਂਦੀ ਨਹੀਂ। ਅੱਛਾ, ਬਾਰਡਰ ਕਦੋਂ ਬੰਦ ਕੀਤਾ ਸੀ ਪਾਕਿਸਤਾਨ ਦਾ? ਪਹਿਲਾਂ ਹੁੰਦਾ ਸੀ ਫਾਈਲ ਕਰਨ ਵਪਾਰ? ਪਹਿਲੇ ਪੂਰਾ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ ਪਾਕਿਸਤਾਨ। ਕਿਹੜੇ ਸੰਨ ਦੀ ਗੱਲ, ਕਦੋਂ ਬੰਦ ਕੀਤੀ ਗਈ? ਇਹ ਪਾਰਟੀਸ਼ਨ ਤੋਂ ਬਾਅਦ ਬੰਦ ਹੋ ਗਈਆਂ ਟ੍ਰੇਨਾਂ, ਕਿਉਂਕਿ ਰੇਲਵੇ ਸਟੇਸ਼ਨ ਬਿਲਕੁਲ ਬਾਰਡਰ 'ਤੇ ਆ ਗਿਆ, ਟ੍ਰੇਨ ਪੱਟ ਦਿੱਤੀ ਗਈ। ਅਤੇ ਕਾਫੀ ਮਤਲਬ ਦੁੱਖ ਦੀ ਗੱਲ ਹੈ ਫਾਜ਼ਿਲਕਾ ਵਾਸਤੇ, ਕਿਉਂਕਿ ਫਾਜ਼ਿਲਕਾ ਦੇ ਵਿੱਚ ਅੱਗੇ ਪਹਿਲੇ ਵਪਾਰ ਹੁੰਦਾ ਸੀਗਾ, ਤਾਂ ਫਾਜ਼ਿਲਕਾ ਖੁਸ਼ਹਾਲ ਸੀਗਾ। ਉਸ ਤੋਂ ਬਾਅਦ ਜਦੋਂ ਦਾ ਇਹ ਵਪਾਰ ਟੁੱਟਿਆ, ਤਾਂ ਖੁਸ਼ਹਾਲੀ ਵੀ ਉਹਦੇ ਵਿੱਚ ਹੀ ਦੱਬ ਕੇ ਰਹਿ ਗਈ। ਮੈਂ ਆਖਰੀ ਸਵਾਲ ਹੈ ਕਿ ਜਿਵੇਂ ਹੁਣ ਤੁਸੀਂ ਇਹ ਚੀਜ਼ ਦੱਸ ਰਹੇ ਹੋ ਵੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਏਗੀ, ਜਿਨ੍ਹਾਂ ਨੂੰ ਪਤਾ ਵੀ ਇਸ ਦੇ ਜਾਂਪਾ ਲੈ ਗਏ ਨੇ, ਬਾਅਦ ਚਲੇ ਗਏ, ਲੋਕ ਅੱਜ ਵੀ ਆ ਕੇ ਇੱਥੇ ਦੇਖਦੇ ਨੇ। ਇੱਕ ਕਿਤਾਬ 'ਚ ਜ਼ਿਕਰ ਹੈਗਾ, ਇਹ ਫਾਜ਼ਿਲਕਾ ਦੀ ਕਿਤਾਬ ਦੀ ਗੱਲ ਕਰੀਏ, ਇਤਿਹਾਸ ਦੀ ਕੋਈ ਕਿਤਾਬ ਲਿਖੀ ਹੋਏਗੀ ਜਾਂ ਸਕੂਲਾਂ ਦੀ ਕਿਤਾਬ 'ਚ ਪੜ੍ਹਾਈ ਜਾਂਦੀ ਹੈ ਚੀਜ਼ਾਂ? ਕਿਤਾਬ ਦੇ ਵਿੱਚ ਤਾਂ ਨਹੀਂ ਹੈ, ਬਟ ਜਿਹੜੀ ਮੈਂ ਫਾਜ਼ਿਲਕਾ 'ਤੇ ਇੱਕ ਹਿਸਟਰੀ ਦੀ ਬੁੱਕ ਲਿਖੀ ਹੈ, ਫਾਜ਼ਿਲਕਾ ਇੱਕ ਮਾਂ ਗਾਥਾ, ਉਹਦੇ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਇਹ ਕਿਸ ਤਰ੍ਹਾਂ ਘੁੰਮਦਾ ਸੀਗਾ ਜਾਂ ਕਦੋਂ ਬਣਾਇਆ ਗਿਆ। ਉਸ ਦੇ ਵਿੱਚ ਪੂਰਾ ਇਸ ਦਾ ਵੇਰਵਾ ਦਿੱਤਾ ਗਿਆ ਵੀ ਲੋਕ ਦੇਖਦੇ ਆ ਤਾਂ ਬੜੇ ਖੁਸ਼ ਵੀ ਹੁੰਦੇ, ਕਈ ਵਾਰੀ ਮੈਨੂੰ ਕਾਲ ਵੀ ਕਰਦੇ ਆ, ਯਾਰ ਅਸੀਂ ਉਹ ਚੀਜ਼ ਦੇਖਣੀ ਆ, ਉਹਦੀ ਪਿੱਕ ਪਾ ਦਿਓ ਫੇਸਬੁੱਕ ਜਾਂ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਹੈ ਤਾਂ ਉਹਦੇ ਵਿੱਚ ਪਾਉਂਦੇ ਆ, ਤਾਂ ਲੋਕ ਕਾਫੀ ਪਸੰਦ ਵੀ ਕਰਦੇ ਆ, ਆਪਣੇ ਬਚਪਨ ਦੀ ਯਾਦਾਂ ਨੂੰ ਤਾਜ਼ਾ ਕਰਦੇ ਆ। ਉਹ ਜਿਹੜੇ ਕੂੜਾ ਸੜ ਕੇ ਜਾਂਦੇ, ਉਹਨਾਂ ਨੂੰ ਪਤਾ ਵੀ ਕੀ ਚੀਜ਼ ਹੈਗੀ ਹੈ? ਕੂੜਾ ਸੱਟਣ ਵਾਲੇ ਸੱਟ ਹੀ ਜਾਂਦੇ ਨੇ, ਜਾਮ ਹੋ ਗਿਆ ਸਾਰਾ ਉਹਨੇ ਲਾ ਟੇਬਲ ਟਰਨ ਟੇਬਲ। ਹਾਂ, ਕੂੜਾ ਜਿਹੜੇ ਸੁੱਟਦੇ ਨੇ ਉਹਨਾਂ ਨੂੰ ਕਲੀਅਰ ਹੈ, ਪਤਾ ਹੈਗਾ ਵੀ ਇਹ ਯਾਰ ਸਾਡੇ ਵਾਸਤੇ ਇੱਕ ਸਾਡੀ ਵਿਰਾਸਤ ਹੈ, ਇੱਥੇ ਨਹੀਂ ਸੁੱਟਣਾ ਚਾਹੀਦਾ। ਖੈਰ, ਉਹਨਾਂ ਨੂੰ ਕਈ ਵਾਰੀ ਸਮਝਾਇਆ ਵੀ ਹੈ, ਕੁਛ ਲੋਕਾਂ ਨੇ ਫਰਕ ਵੀ ਪਿਆ, ਘੱਟ ਕੀਤਾ, ਪਰ ਫਿਰ ਵੀ ਰਾਤ ਬਰਾਤੇ ਜਾਂ ਕਿਸ ਵੇਲੇ ਕੋਈ ਨਹੀਂ ਹੁੰਦਾ ਤਾਂ ਉਹ ਕੂੜਾ ਇੱਥੇ ਸੁੱਟ ਕੇ ਜਾਂਦੇ ਆ, ਜਿਸ ਕਰਕੇ ਆ ਸਾਰਾ ਹਾਲ ਇਹਦਾ ਬੁਰਾ ਹੋਇਆ ਪਿਆ। ਅਤੇ ਸਤਿ ਸ਼੍ਰੀ ਅਕਾਲ, ਬਸ ਸੁਣੀਏ, ਸਾਡੇ ਨਾਲ ਲਕਸ਼ਮਣ ਮੌਜੂਦ ਸਨ। ਜਿੱਥੇ ਅਸੀਂ ਖੜ੍ਹੇ ਹਾਂ, ਇਸ ਨੂੰ ਘੁੰਮਣ ਵਾਲਾ ਟਰੈਕ ਕਿਹਾ ਜਾਂਦਾ ਸੀ, ਇੰਜਨ ਇਸ ਪ੍ਰਧਾਨ ਦਾ ਸੀ, ਕਿਉਂਕਿ ਅੱਜ ਕੱਲ੍ਹ ਡੀਜ਼ਲ ਦੇ ਇੰਜਨ ਹੈਗੇ ਨੇ ਜੋ ਅੱਗੇ ਵੀ ਜਾ ਸਕਦੇ ਨੇ, ਪਿੱਛੇ ਵੀ ਜਾ ਸਕਦੇ ਨੇ। ਇਸ ਇੰਜਨ ਦਾ ਪਾਵਰਫੁਲ ਇੰਜਨ ਦਾ ਪਿਛਲਾ ਗੇਅਰ ਨਹੀਂ ਹੁੰਦਾ ਸੀ, ਫਿਰ ਇੱਥੇ ਆ ਜਾਂਦਾ ਸੀ ਇੰਜਨ, ਉਸ ਨੂੰ ਘੁਮਾਇਆ ਜਾਂਦਾ ਸੀ, ਇਸ ਹੱਥੀ ਨੂੰ ਪਕੜ ਕੇ ਘੁਮਾਇਆ ਜਾਂਦਾ ਸੀ ਇੰਜਨ ਪੂਰਾ, ਤਾਂ ਫਿਰ ਦੂਸਰੇ ਪਾਸੇ ਇੰਜਨ ਜਾਂਦਾ ਸੀ। ਤਾਂ ਇਹ ਵੀ ਇੱਕ ਇਤਿਹਾਸ ਹੈ, ਇਸ ਨੂੰ ਵੀ ਸੰਭਾਲਣ ਦੀ ਲੋੜ ਹੈ। ਪਰ ਜਿਵੇਂ ਤੁਸੀਂ ਦੇਖਦੇ ਹੋ ਕਿ ਕੂੜਾ ਝਾੜੀਆਂ ਉੱਗੀਆਂ ਹੋਈਆਂ ਨੇ, ਇੱਥੇ ਕੋਈ ਦੇਖ ਨਹੀਂ ਕਰਦੇ, ਲੋਕਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਜਿਹੜੇ ਇੱਥੇ ਕੂੜਾ ਸੱਟ ਰਹੇ ਨੇ। ਪਰ ਪੁਰਾਣੇ ਬਜ਼ੁਰਗਾਂ ਨੂੰ, ਇਤਿਹਾਸਕਾਰਾਂ ਨੂੰ ਪੁੱਛੋਗੇ, ਤੁਹਾਨੂੰ ਸਾਫ਼ ਸਾਫ਼ ਦੱਸੂਗਾ ਵੀ ਇਸ ਨੂੰ ਟਰਨ ਟੇਬਲ ਕਿਹਾ ਜਾਂਦਾ ਸੀ। ਤਾਂ ਤੁਸੀਂ ਸਾਡੇ ਨਾਲ ਜੁੜੇ ਦੇ ਨਾਲ, ਕੋਸ਼ਿਸ਼ ਇਹੀ ਕਰਾਂਗੇ ਤੁਹਾਨੂੰ ਹੋਰ ਵੀ ਇਤਿਹਾਸ ਪੱਖੋਂ ਜਾਣਕਾਰੀ ਦਿੱਤੀ ਜਾਵੇ। ਜੇ ਤੁਹਾਡੇ ਕੋਲ ਵੀ ਕੋਈ ਇਹੋ ਜਿਹਾ ਇਤਿਹਾਸ ਹੈਗਾ ਜੋ ਤੁਸੀਂ ਲੋਕਾਂ ਅੱਗੇ ਨਹੀਂ ਆਇਆ, ਤੁਸੀਂ ਦਿਖਾਉਣਾ ਚਾਹੁੰਦੇ ਹੋ ਲੋਕਾਂ ਨੂੰ, ਤਾਂ ਸਾਨੂੰ ਤੁਸੀਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਸਾਨੂੰ ਮੈਸੇਂਜਰ 'ਚ ਵੀ ਤੁਸੀਂ ਮੈਸੇਜ ਕਰ ਸਕਦੇ ਹੋ, ਸਾਨੂੰ ਮੇਲ ਵੀ ਕਰ ਸਕਦੇ ਹੋ।